ਦੋਸਤੋ ਤੁਹਾਡਾ ਫਿਰ ਸਵਾਗਤ ਹੈ ਤੁਹਾਡੀ ਆਪਣੀ ਯੂਟਿਊਬ ਚੈਨਲ 'ਤੇ। ਅੱਜ ਤੁਹਾਡੇ ਨਾਲ ਇੱਕ ਵੀਡੀਓ ਸ਼ੇਅਰ ਕਰਨ ਲੱਗਾ। ਇਹ ਚੂਹਾ ਇੱਕ ਸਾਡੇ ਆ ਗਿਆ ਕਲੋਨੀ ਦੇ ਵਿੱਚ, ਸਾਡੇ ਘਰ ਪਿੰਕ ਪਾਰਕ ਬਾੜਿਆ ਰੋਡ, ਅਤੇ ਇਹ ਦੇਖਿਆ ਗੇਟ 'ਤੇ ਪਿਆ ਹੋਇਆ ਸਿਰੇ ਮੈਂ ਦੇਖਿਆ ਉਹਨੂੰ ਜਾ ਕੇ, ਅਤੇ ਇਹ ਥੋੜ੍ਹਾ ਜਿਹਾ ਸਾਹ ਔਖੇ ਲੈ ਰਿਹਾ ਸੀ, ਪਤਾ ਨਹੀਂ ਕਿੱਧਰੋਂ ਆਇਆ। ਅਤੇ ਇੱਕ ਦੇਖੋ ਇਹਨਾਂ ਨੂੰ ਕੁੱਤੇ ਆਮ ਤੌਰ 'ਤੇ ਪੈ ਜਾਂਦੇ, ਪਰ ਕੁੱਤੇ ਵੀ ਨੂੰ ਕੁਛ ਨਹੀਂ ਕਹਿ ਰਹੇ, ਅਤੇ ਮੈਂ ਸੋਚਿਆ ਸ਼ਾਇਦ ਇਹਨੂੰ ਗਰਮੀ ਲੱਗ ਗਈ ਹੈ, ਅਤੇ ਇਹਨੂੰ ਥੋੜ੍ਹਾ ਜਿਹਾ ਪਾਣੀ ਪਿਲਾਇਆ, ਅਤੇ ਪਾਣੀ ਪੀ ਕੇ ਥੋੜ੍ਹਾ ਜਿਹਾ ਇਹ ਹਿੱਲਣ ਜੁੱਲਣ ਲੱਗ ਪਿਆ, ਪਰ ਬਹੁਤੀ ਦੇਰ ਇਹ ਜਿਹੜਾ ਹਿੱਲਿਆ ਜੁੱਲਿਆ ਨਹੀਂ। ਇਹ ਫਿਰ ਉਲਟ ਕੇ ਇੱਕਦਮ ਹੀ ਜਿਹੜਾ ਇਹ ਉਲਟ ਜਾਂਦਾ, ਅਤੇ ਉਹਦੇ ਨਾਲ ਫਿਰ ਇਹ ਜਿਸ ਤਰ੍ਹਾਂ ਨਾ ਇਹਦਾ ਦੇਖੋ ਆ ਪਿਆ ਆ, ਥੋੜ੍ਹਾ ਥੋੜ੍ਹਾ ਹਿੱਲਣ ਲੱਗ ਪਿਆ ਸੀ ਇਹ, ਅਤੇ ਉਸ ਤੋਂ ਬਾਅਦ ਇਹ ਇੱਕਦਮ ਹੀ ਉਲਟ ਜਾਂਦਾ ਉਲਟ ਕੇ, ਅਤੇ ਇਹਦੀ ਫਿਰ ਅਖੀਰ 'ਤੇ ਇਹੀ ਹੁੰਦਾ ਵੀ ਵਿਚਾਰਾ ਇਹ ਦੁਨੀਆਂ ਨੂੰ ਛੱਡ ਕੇ ਚਲ ਜਾਂਦਾ। ਆਹ ਦੇਖੋ ਇਹਦੀ ਮਤਲਬ ਇਹ ਪਿਆ, ਪਰ ਸਾਹ ਔਖੇ ਲੈ ਰਿਹਾ, ਇਸ ਤਰ੍ਹਾਂ ਇਹ ਥੋੜ੍ਹੇ ਸਾਹ ਲੈਂਦਾ ਲੈਂਦਾ ਵਿਚਾਰਾ ਉਲਟ ਗਿਆ, ਅਤੇ ਉੱਥੇ ਉਲਟ ਕੇ ਬਾਅਦ 'ਚ ਇਹਦੀ ਇਸ ਤਰ੍ਹਾਂ ਹੀ ਜਿਹੜੀ ਹੈ ਮੌਤ ਹੋ ਜਾਂਦੀ ਆ। ਅਤੇ ਇਹਨੂੰ ਥੋੜ੍ਹਾ ਜਿਹਾ ਪਾਣੀ ਪਿਲਾਇਆ ਮੈਂ, ਸ਼ਾਇਦ ਗਰਮੀ ਆ, ਅਤੇ ਪਰ ਇਹ ਵਿਚਾਰਾ ਆਖਰੀ ਸਾਹ ਲੈ ਰਿਹਾ ਸੀ, ਅਤੇ ਇੱਥੇ ਪਤਾ ਨਹੀਂ ਕਿੱਧਰੋਂ ਅਤੇ ਕਿਵੇਂ ਆ ਕਿਵੇਂ ਪਹੁੰਚਿਆ, ਅਤੇ ਇਸ ਤਰ੍ਹਾਂ ਆ ਉਲਟ ਗਿਆ ਦੇਖੋ। ਅਤੇ ਇਸ ਤੋਂ ਬਾਅਦ ਫਿਰ ਇਹਦਾ ਜਿਹੜਾ ਸੀ ਨਾ ਮਰਨ ਤੋਂ ਪਹਿਲਾਂ ਘੋਰੜੂ ਵੱਜਦਾ, ਫਿਰ ਇਹਦਾ ਘੋਰੜੂ ਵੱਜਣ ਲੱਗ ਗਿਆ, ਆਹ ਦੇਖੋ ਲੰਬੇ ਲੰਬੇ ਸਾਹ ਲੈਣ ਲੱਗ ਪਿਆ, ਅਤੇ ਇਸ ਤਰ੍ਹਾਂ ਇਹ ਪੂਰਾ ਹੋ ਗਿਆ। ਪਤਾ ਨਹੀਂ ਸਾਡੇ ਘਰ ਕਿਉਂ ਆਇਆ, ਸਾਡੇ ਇੱਕ ਮਾਸੜ ਜੀ ਹੁੰਦੇ ਸੀ, ਅਤੇ ਉਹ ਇੱਕ ਰਾਹੀਂ ਸਤਸੰਗ ਸੁਣ ਚੱਲੇ ਸੀ ਰਾਧਾ ਸਵਾਮੀ ਸਤਸੰਗ ਬਿਆਸ ਵਾਲਿਆਂ ਦਾ, ਅਤੇ ਮੈਨੂੰ ਮੈਂ ਕਿਹਾ ਜੀ ਇਹ ਸਾਡਾ ਘਰ ਆ, ਅਤੇ ਕਹਿੰਦਾ ਤੇਰਾ ਘਰ ਨਹੀਂ ਬਾਬਾ ਜੀ ਦਾ ਘਰ ਆ। ਅਤੇ ਜਿਸ ਤਰ੍ਹਾਂ ਲੋਕ ਨਹੀਂ ਵਾਰਾਣਸੀ ਜਾਂਦੇ ਆ, ਅਤੇ ਉੱਥੇ ਜਾ ਕੇ ਜੇ ਪੂਰਾ ਹੋ ਜਾਂਦਾ ਤਾਂ ਉਹ ਕਹਿੰਦੇ ਸਵਰਗ ਪਹੁੰਚ ਜਾਂਦਾ, ਇਹ ਪਤਾ ਨਹੀਂ ਬਾਬੇ ਦੇ ਘਰ ਨੂੰ ਆਉਂਦੇ ਆ, ਕਿਉਂਕਿ ਸਾਡੇ ਮਾਸੜ ਜੀ ਬੜੇ ਇੱਕ ਪਹੁੰਚੀ ਹੋਈ ਚੰਗੀ ਭਗਤੀ ਵਾਲੇ ਬੰਦੇ ਸੀ, ਜੋ ਕਹਿੰਦੇ ਉਹ ਸੱਚ ਹੀ ਹੋ ਜਾਂਦਾ ਸੀ, ਅਤੇ ਇਹ ਪਤਾ ਨਹੀਂ ਇੱਥੇ ਆਉਂਦੇ ਆ ਅਤੇ ਇਹਨਾਂ ਦੀ ਮੁਕਤੀ ਹੋ ਜੂ। ਅਤੇ ਇਸ ਤਰ੍ਹਾਂ ਇਹ ਦੇਖੋ ਥੋੜ੍ਹੇ ਸਾਹ ਲੈਂਦਾ, ਫਿਰ ਹੌਲੀ ਹੌਲੀ ਇਹ ਸ਼ਾਂਤ ਹੋ ਜਾਂਦਾ, ਅਤੇ ਇਸ ਤਰ੍ਹਾਂ ਇਹ ਵਿਚਾਰਾ ਜਿਹੜਾ ਜ਼ਿੰਦਗੀ ਆਪਣੀ ਪੂਰੀ ਕਰਕੇ ਚਲ ਗਿਆ। ਅਤੇ ਸ਼ਾਇਦ ਇਹਨੂੰ ਪਤਾ ਹੋਣਾ ਵੀ ਇੱਥੇ ਸੰਸਕਾਰ ਹੋਊ, ਮੇਰਾ ਆਖਰੀ ਰਾਈਟਸ ਹੋ ਜਾਣਗੇ। ਪਹਿਲਾਂ ਅਸੀਂ ਕੁੱਤਿਆਂ ਦੇ ਬਹੁਤ ਕੀਤੇ ਹੋਣਾ, ਪਹਿਲੀ ਵਾਰ ਚੂਹੇ ਦਾ ਸੰਸਕਾਰ ਕੀਤਾ, ਉਸ ਤੋਂ ਬਾਅਦ ਫਿਰ ਧਰਮਿੰਦਰ ਯਾਦਵ ਜੀ ਹੈ, ਇਹਦੀ ਵੀ ਰਿਕੁਐਸਟ ਕੀਤੀ ਵੀ ਇੱਕ ਟੋਆ ਫੁੱਟ, ਅਤੇ ਉਹਦੇ 'ਚ ਇਹਦਾ ਫਿਰ ਅਸੀਂ ਆਖਰੀ ਇਹਦਾ ਜਿਹੜਾ ਸੰਸਕਾਰ ਕਰਤਾ। ਇਸ ਤਰ੍ਹਾਂ ਇਹਦੀ ਇਹ ਮੂਸਾ ਜਿਹੜਾ ਚੂਹਾ ਸੀ ਉਹਦੀ ਪੂਰੀ ਸਟੋਰੀ ਹੈ। ਉਮੀਦ ਕਰਦਾ ਕਿ ਤੁਹਾਨੂੰ ਇਹ ਜਾਣਕਾਰੀ ਪਸੰਦ ਆਊ, ਪਸੰਦ ਆਈ ਤਾਂ ਮੇਰੀ ਯੂਟਿਊਬ ਚੈਨਲ ਜ਼ਰੂਰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਦਿਓ। ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ, ਟੇਕ ਕੇਅਰ, ਥੈਂਕ ਯੂ ਵੈਰੀ ਮੱਚ।